ਹੈਲੋ ਡੀਅਰ ਸਟੂਡੈਂਟਸ ਅੱਜ ਅਸੀਂ ਹਿਕਾਂਗੀ ਸੁਹਾਗ ਦਾ ਪੰਨਾ ਨੰਬਰ 20 21 ਅਤੇ 22 ਰੀਡ ਕਰਾਂਗੇ ਪਹਿਲਾਂ ਅਸੀਂ ਪੜ ਚੁੱਕੇ ਹਾਂ ਕਿ ਮੈਲੋ ਦੀ ਸਹੇਲੀ ਬਸੰਤੋ ਉਹਨਾਂ ਦੇ ਘਰ ਆਉਂਦੀ ਹੈ ਤੇ ਉਸ ਨੂੰ ਉਸ ਦੇ ਵਿਆਹ ਦੀ ਵਧਾਈ ਦਿੰਦੀ ਹੈ ਪਰ ਮੈਲੋ ਨੂੰ ਆਪਣੇ ਵਿਆਹ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਜਦੋਂ ਉਹ ਬਸੰਤੋ ਦੇ ਮੂੰਹੋਂ ਇਹ ਸਭ ਗੱਲਾਂ ਸੁਣ ਲੈਂਦੀ ਹੈ ਤਾਂ ਉਸ ਨੂੰ ਆਪਣੇ ਮਾਪਿਆਂ ਦੁਆਰਾ ਕੀਤੀਆਂ ਗਈਆਂ ਗੱਲਾਂ ਦੀ ਵੀ ਸਮਝ ਆ ਜਾਂਦੀ ਹੈ ਤੇ ਉਹ ਨਿਰਾਸ਼ ਹੋਈ ਆਪਣੀ ਕਿਸਮਤ ਨੂੰ ਕੋਸਦੀ ਹੈ ਤੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਕਿ ਉਹ ਮਰ ਜਾਵੇਗੀ ਪਰ ਇਹ ਵਿਆਹ ਨਹੀਂ ਕਰਾਏਗੀ ਉਸਦੀ ਸਹੇਲੀ ਬਸੰਤੋ ਉਸ ਨਾਲ ਹਮਦਰਦੀ ਜਤੋਂਦੀ ਹੋਈ ਉਸ ਨੂੰ ਮਾਸੀ ਦੇ ਪਿੰਡ ਭੱਜ ਜਾਣ ਦੀ ਸਲਾਹ ਦਿੰਦੀ ਹੈ ਸੋ ਬੇਟਾ ਹੁਣ ਅਸੀਂ ਰੀਡਿੰਗ ਸ਼ੁਰੂ ਕਰਾਂਗੇ ਓਪਨ ਯੋਰ ਬੁక్స్ ਪੇਜ ਨੰਬਰ 20 ਰੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਲਿਖਾਂਗੇ ਵੇਲਾ ਨਾ ਗਵਾ ਸਮਾ ਨਾ ਖਰਾਬ ਕਰ ਬਦੋਬਦੀ ਜ਼ਬਰਦਸਤੀ ਝਾਕਦਾ ਵੇਖਦਾ ਹਾਂਜੀ ਬੇਟੇ ਬਸੰਤੋ ਮੇਲੋ ਮੇਲੋ ਉੱਠ ਛੇਤੀ ਹੋ ਵੇਲਾ ਨਾ ਗਵਾ ਉਹਨੂੰ ਖਿੱਚਦੀ ਹੈ ਮੇਲੋ ਹੋਕਾ ਲੈ ਲੈ ਕੇ ਮੈਂ ਖੂ ਵਿੱਚ ਸ਼ਾਲ ਮਾਰ ਦਉ ਮੈਂ ਖੂ ਵਿੱਚ ਸ਼ਾਲ ਮਾਰ ਦਉ ਮੈਂ ਨਹੀਂ ਮੈਂ ਨਹੀਂ ਬਸੰਤੋ ਉਹਨੂੰ ਬਦੋ ਬਦੀ ਖਿੱਚ ਕੇ ਲੈ ਜਾਂਦੀ ਹੈ ਬਾਹਰੋਂ ਮੇਲੇ ਦੀ ਆਵਾਜ਼ ਆਉਂਦੀ ਹੈ ਮੈਂ ਮਰ ਜਾਵਾਂਗੀ ਮੈਂ ਮਰ ਜਾਵਾਂਗੀ ਆਵਾਜ਼ ਬਾਹਰੋਂ ਸਟੇਜ ਦੇ ਕੋਲੋਂ ਮੇਲੋ ਦੀ ਮਾਂ ਮੇਲੋ ਦੀ ਮਾਂ ਹੁਸ਼ਾਰਚੰਦ ਆਉਂਦਾ ਹੈ ਹੁਣ ਬੇਟਾ ਜਦੋਂ ਬਸੰਤੋ ਮੇਲੋਂ ਨੂੰ ਉਸ ਦੇ ਵਿਆਹ ਦੀ ਸਾਰੀ ਹਕੀਕਤ ਦੱਸ ਦਿੰਦੀ ਹੈ ਤਾਂ ਮੈਲੋ ਰੋਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਕਿਸਮਤ ਨੂੰ ਕੋਸਦੀ ਹੈ ਤਾਂ ਉਸ ਸਮੇਂ ਉਸਦੀ ਸਹੇਲੀ ਉਸਨੂੰ ਘਰੋਂ ਭੱਜ ਜਾਣ ਲਈ ਆਖਦੀ ਹੈ ਤੇ ਉਸਨੂੰ ਕਹਿੰਦੀ ਹੈ ਕਿ ਮੈਲੋ ਤੂੰ ਬਿਲਕੁਲ ਵੀ ਸਮਾਂ ਬਰਬਾਦ ਨਾ ਕਰ ਤੇ ਤੂੰ ਆਪਣੀ ਮਾਸੀ ਦੇ ਪਿੰਡ ਨਾਸ ਜਾ ਉਹ ਗੁੱਸੇ ਵਿੱਚ ਰੋਂਦੀ ਹੋਈ ਕਹਿੰਦੀ ਹੈ ਮੈਂ ਛਾਲ ਮਾਰ ਦਵਾਂ ਮੈਂ ਖੂਹ ਵਿੱਚ ਛਾਲ ਮਾਰ ਦਵਾਂ ਮੈਂ ਨਹੀਂ ਮੈਂ ਨਹੀਂ ਪਰ ਉਸਦੀ ਸਹੇਲੀ ਬਸੰਤੋ ਉਸਨੂੰ ਜ਼ਬਰਦਸਤੀ ਖਿੱਚ ਕੇ ਲੈ ਜਾਂਦੀ ਹੈ ਇੰਨੀ ਦੇਰ ਨੂੰ ਬਾਹਰੋਂ ਆਵਾਜ਼ ਆਉਂਦੀ ਹੈ ਮੇਲੋ ਦੀ ਮਾਂ ਮੇਲੋ ਦੀ ਮਾਂ ਹੁਸ਼ਿਆਰ ਚੰਦ ਘਰ ਆਉਂਦਾ ਹੈ ਹੁਸ਼ਿਆਰ ਚੰਦ ਹਾਂਜੀ ਬੇਟੇ ਕੁਝ मीनिंग ਪਹਿਲਾਂ ਲਿਖਾਂਗੇ ਝਾਕਦਾ ਹੈ ਵੇਖਦਾ ਹੈ ਸਿਆਣਿਆਂ ਠੀਕ ਹੀ ਕਿਹਾ ਏ ਬੁੱਡੀਆਂ ਦੀ ਮਤ ਖੂਰੀ ਪਿੱਛੇ ਹੁੰਦੀ ਏ ਇਹਦਾ ਭਾਵ ਹੈ ਕਿ ਔਰਤਾਂ ਮਰਦਾਂ ਨਾਲੋਂ ਘੱਟ ਲਿਆਕਤ ਵਾਲੀਆਂ ਹੁੰਦੀਆਂ ਹਨ ਭਾਵ ਕਿ ਘੱਟ ਸੂਝ-ਬੂਝ ਵਾਲੀਆਂ ਹੁੰਦੀਆਂ ਨੇ ਜਦ ਤੀਕ ਸੱਤ ਕਰ ਬਿੱਲੀ ਵਾਂਗ ਫੇਰਨਾ ਲੈਣ ਇਹਨਾਂ ਨੂੰ ਚੈਨ ਨਹੀਂ ਆਉਂਦੀ ਹੁਣ ਬੇਟਾ ਇਸ ਲਾਈਨ ਵਿੱਚ ਜਾਂ ਇਸ ਸਤਰ ਵਿੱਚ ਹੁਸ਼ਿਆਰ ਚੰਦ ਨੇ ਔਰਤਾਂ ਦੀ ਤੁਲਨਾ ਇੱਕ ਬਿੱਲੀ ਦੇ ਨਾਲ ਕੀਤੀ ਹੈ ਕਿ ਜਿਵੇਂ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਸੱਤ ਦਹਲੀਜਾਂ ਟਪਾਉਂਦੀ ਹੈ ਉਸ ਤਰ੍ਹਾਂ ਹੀ ਉਸਨੇ ਬਿੱਲੀ ਦੀ ਤੁਲਨਾ ਔਰਤਾਂ ਦੇ ਨਾਲ ਕੀਤੀ ਹੈ ਮੇਲੋ ਦੀ ਮਾਂ ਕੋਠੜੀ ਦੇ ਅੰਦਰ ਝਾਕਦਾ ਹੈ ਮੇਲੋ ਦੀ ਮਾਂ ਬਾਹਰ ਚਲੀ ਗਈ ਹੋਣੀ ਐ ਸਿਆਣਿਆਂ ਠੀਕ ਹੀ ਕਹਿਆ ਐ ਬੁੱਡੀਆਂ ਦੀ ਮੱਤ ਖੂਰੀ ਪਿੱਛੇ ਹੁੰਦੀ ਐ ਸੋ ਕੰਮ ਕਰਨ ਵਾਲੇ ਪਏ ਜੇ ਉਹਨੂੰ ਘਰ ਛੱਡ ਕੇ ਜਾਣਾ ਨਹੀਂ ਚਾਹੀਦਾ ਸੀ ਪਰ ਬੁੱਡੀਆਂ ਕੋਲੋਂ ਘਰ ਬੈਠ ਨਹੀਂ ਹੁੰਦਾ ਜਦ ਤੀਕ ਸੱਤ ਘਰ ਬਿੱਲੀ ਵਾਂਗ ਫੇਰਨਾ ਲੈਣ ਇਹਨਾਂ ਨੂੰ ਚੈਨ ਨਹੀਂ ਆਉਂਦੀ ਹੁਣ ਬੇਟਾ ਹੁਸ਼ਿਆਰ ਚੰਦ ਨੇ ਕੋਰਾਂ ਨੂੰ ਕਿਹਾ ਸੀ ਕਿ ਤੂੰ ਘਰੇ ਹੀ ਰਹਿਣਾ ਹੈ ਘਰੋਂ ਕਿਤੇ ਨਾ ਜਾਮੀ ਪਰ ਫੇਰ ਵੀ ਉਸ ਦੇ ਕਹੇ ਅਨੁਸਾਰ ਉਹ ਉਸਦੀ ਗੱਲ ਨੂੰ ਇਨਕਾਰ ਕਰ ਦੇਈ ਜਾਂ ਉਸਦੀ ਗੱਲ ਨੂੰ ਨਾ ਮੰਨਦੇ ਹੋਏ ਘਰੋਂ ਚਲੀ ਜਾਂਦੀ ਹੈ ਤੇ ਜਦੋਂ ਹੁਸ਼ਿਆਰ ਚੰਦ ਆਉਂਦਾ ਹੈ ਤਾਂ ਉਸ ਨੂੰ ਮੇਲੋ ਦੀ ਮਾਂ ਜਦੋਂ ਅੰਦਰ ਨਹੀਂ ਦਿਖਾਈ ਦਿੰਦੀ ਤਾਂ ਉਹ ਕਹਿੰਦਾ ਹੈ ਕਿ ਬੁੱਢੀਆਂ ਦੀ ਮੱਤ ਖੂਰੀ ਪਿੱਛੇ ਹੁੰਦੀ ਹੈ ਕਿ ਭਾਵ ਇਹ ਮਰਦਾਂ ਜਿੰਨੀ ਲਿਆਕਤ ਵਾਲੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਕਦੇ ਵੀ ਗੱਲ ਸਮਝ ਨਹੀਂ ਆਉਂਦੀ ਘਰ ਵਿੱਚ ਕਈ ਕੰਮ ਕਰਨ ਵਾਲੇ ਨੇ ਇਸ ਨੂੰ ਘਰੋਂ ਨਹੀਂ ਸੀ ਜਾਣਾ ਚਾਹੀਦਾ ਤੇ ਫਿਰ ਉਹ ਆਪਣੇ ਮਨ ਵਿੱਚ ਬੁੱਡੀਆਂ ਦੀ ਤੁਲਨਾ ਇੱਕ ਬਿੱਲੀ ਦੇ ਨਾਲ ਕਰਦਾ ਹੈ ਕੋਰਾ ਤੇ ਲਾਜੋ ਆਉਂਦੀਆਂ ਹਨ ਲਾਜੋ ਨੱਚਦੀ ਟੱਪਦੀ ਗੁੱਡੀਆਂ ਕੋਲ ਜਾ ਬੈਠਦੀ ਹੈ ਹੁਸ਼ਿਆਰ ਚੰਦ ਬਾਹਰ ਕਿਉਂ ਚਲੀ ਗਈ ਸੈਂ ਤੂੰ ਕਦੇ ਮੇਰੇ ਆਖੇ ਵੀ ਲੱਗੇਗੀ ਕਿ ਨਾ ਕੋਰਾ ਜਰਾ ਨੈਣਵਾਲ ਚਲੀ ਸਾਂ ਰਾਹ ਵਿੱਚ ਕਰਮੋ ਦੀ ਮਾਂ ਮਿਲ ਪਈ ਗੱਲਾਂ ਕਰਦਿਆਂ ਕਰਦਿਆਂ ਜਰਾ ਦੇਰ ਹੋ ਗਈ ਹੁਸ਼ਿਆਰ ਚੰਦ ਬੁੱਡੀਆਂ ਗੱਲਾਂ ਨੂੰ ਨਹੀਂ ਛੱਡਦੀਆਂ ਤੇ ਨਾ ਗੱਲਾਂ ਬੁੱਡੀਆਂ ਨੂੰ ਛੱਡਦੀਆਂ ਨੇ ਬੇਕੂਫਾ ਨਾਲ ਵਾ ਪੈਣਾ ਵੀ ਤਾਂ 95 ਦਾ ਕਟਾ ਹੈ ਔਰਾ ਬਸ ਤੂੰ ਤਾਂ ਸਦਾ ਇਸੇ ਤਰ੍ਹਾਂ ਹੀ ਕਰਦਾ ਰਹਿਣਾ ਹੈ ਅੱਛਾ ਹੁਣ ਮੈਨੂੰ ਜੰਜ ਵੱਲੋਂ ਕੁਝ ਦੱਸ ਜਦੋਂ ਮੇਲੋ ਦੀ ਮਾਂ ਕੋਰਾ ਘਰ ਵਾਪਸ ਆਉਂਦੀ ਹੈ ਤਾਂ ਹੁਸ਼ਿਆਰ ਚੰਦ ਉਸ ਨੂੰ ਬੁਰਾ ਭਲਾ ਬੋਲਦਾ ਹੈ ਤਾਂ ਉਸ ਨੂੰ ਕਹਿੰਦਾ ਕਿ ਕਹਿੰਦਾ ਹੈ ਕਿ ਤੂੰ ਘਰੋਂ ਕਿਉਂ ਗਈ ਸੀ ਤਾਂ ਉਸ ਨੂੰ ਦਸੀ ਹੈ ਕਿ ਮੈਨੂੰ ਰਸਤੇ ਵਿੱਚ ਕਰਮੋ ਦੀ ਮਾਂ ਕਰਮੋ ਦੀ ਮਾਂ ਬੇਟਾ ਪਿੰਡ ਦੀ ਇੱਕ ਔਰਤ ਹੈ ਕੀ ਕਰਮੋਂ ਦੀ ਮਾਂ ਮੈਨੂੰ ਮਿਲ ਪਈ ਸੀ ਜਿਸ ਦੇ ਨਾਲ ਗੱਲਾਂ ਕਰਦਿਆਂ ਮੈਨੂੰ ਕੁਝ ਸਮਾਂ ਲੱਗ ਗਿਆ ਤਾਂ ਉਸ ਸਮੇਂ ਹੁਸ਼ਿਆਰ ਚੰਦ ਉਸਨੂੰ ਬੁਰਾ ਭਲਾ ਬੋਲਦਾ ਹੋਇਆ ਕਹਿੰਦਾ ਹੈ ਕਿ ਬੁੱਢੀਆਂ ਗੱਲਾਂ ਨੂੰ ਨਹੀਂ ਛੱਡਦੀਆਂ ਤੇ ਗੱਲਾਂ ਬੁੱਢੀਆਂ ਨੂੰ ਨਹੀਂ ਛੱਡਦੀਆਂ ਤੇ ਬੇਵਕੂਫਾਂ ਨਾਲ ਵਾਹ ਪੈਣਾ ਬੇਵਕੂਫਾਂ ਨਾਲ ਵਾਹ ਪੈਣਾ ਕਹਿੰਦਾ ਮੂਰਖਾਂ ਦੇ ਨਾਲ ਵਾਸਤਾ ਪੈ ਜਾਵੇ ਤਾਂ ਬੰਦੇ ਨੂੰ ਕਾਟਾ ਹੀ ਹੁੰਦਾ ਹੈ ਹੁਣ ਉਸਨੇ ਬੇਵਕੂਫ ਕਿੰਨੂ ਕਿਹਾ ਹੈ ਕੌਰਾਣ ਕਹਿੰਦੀ ਬਾਸ ਤੂੰ ਤਾਂ ਇਸੇ ਤਰ੍ਹਾਂ ਹੀ ਮੇਰੇ ਨੂੰ ਗੱਲਾਂ ਕਰਦਾ ਰਹਿਣਾ ਹੈ अच्छा ਹੁਣ ਤੋਂ ਮੈਨੂੰ ਜੰਜ ਵੱਲੋਂ ਕੁਝ ਦੱਸ ਜੰਜ ਭਾਵ ਬਰਾਤ ਹੁਸ਼ਿਆਰ ਚੰਦ ਜੰਜ ਆ ਗਈ ਹੋਣੀ ਐ ਤੇ ਸਾਰਾ ਇੰਤਜ਼ਾਮ ਠੀਕ ਹੈ ਬਸ ਉਹ ਦੂਜੇ ਘਰ ਟੁਕਣੀ ਵਾਲੇ ਨੇ ਇਸ ਵੇਲੇ ਦੂਰੋਂ ਢੋਲ ਵਾਜਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਆਵਾਜ਼ ਆਉਂਦੀ ਹੈ ਲੈ ਆ ਗਈ ਨਹੀਂ ਬਸ ਸਾਨੂੰ ਸੱਦਾ ਆਇਆ ਕਿ ਆਇਆ ਕੋਰਾ ਫਿਰ ਮੈਂ ਲਾਲ ਸਾਲੂ ਲੈ ਲਵਾਂ ਸੰਦੂਕ ਚੋਂ ਲਾਲ ਸਾਲੂ ਕੱਢ ਕੇ ਉੱਤੇ ਲੈਂਦੀ ਹੈ ਪਾਂਦਾ ਬਾਹਰੋਂ ਹੀ ਐ ਮਹਾਰਾਜ ਛੇਤੀ ਕਰੋ ਡੇਰੀ ਕਿਉਂ ਕਰਦੇ ਹੋ ਹੁਸ਼ਿਆचंद ਡੇਰੀ ਕੋਈ ਨਹੀਂ ਪਾਂਦਾ ਜੀ ਤੁਸੀਂ ਚੱਲੋ ਅਸੀਂ ਆਏ ਤੁਹਾਡੇ ਮਗਰੇ ਮਗਰ ਕੋਰਾ ਨੂੰ ਕੁੜੀ ਨੂੰ ਸੱਦ ਉਹਨੂੰ ਨਵੇਂ ਕੱਪੜੇ ਪਾ ਤੇ ਛੇਤੀ ਕਰ ਹੁਣ ਜਦੋਂ ਹੁਸ਼ਿਆचंद ਆਪਣੀ ਪਤਨੀ ਕੋਰਾ ਨੂੰ ਦੱਸਦਾ ਹੈ ਕਿ ਜਾਂਜ ਵੀ ਆ ਗਈ ਹੋਣੀ ਹੈ ਤੇ ਸਾਰਾ ਬੰਦੋਬਸਤ ਮੈਂ ਠੀਕ-ਠਾਕ ਕਰ ਲਿਆ ਹੈ ਇੰਨੀ ਦੇਰ ਨੂੰ ਢੋਲ ਵਾਜਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਉਹਨਾਂ ਨੂੰ ਸੱਦਾ ਵੀ ਆ ਜਾਂਦਾ ਹੈ ਤਾਂ ਇਸ ਤਰ੍ਹਾਂ ਕੋਰਾਂ ਲਾਲ ਸਾਲੂ ਮੀਨਸ ਲਾਲ ਦੁਪੱਟਾ ਸਿਰ ਤੇ ਲੈ ਲੈਂਦੀ ਹੈ ਤਾਂ ਇੰਨੀ ਦੇਰ ਨੂੰ ਪਾਦਾ ਉਹਨਾਂ ਨੂੰ ਆਵਾਜ਼ਾਂ ਮਾਰਦਾ ਹੈ ਕਿ ਜਲਦੀ ਕਰੋ ਦੇਰੀ ਨਾ ਕਰੋ ਤੁਸੀਂ ਚੱਲੋ ਅਸੀਂ ਆਏ ਤੁਹਾਡੇ ਮਗਰੇ ਕੋਰਾਂ ਤੇ ਹੁਸ਼ਿਆਚੰਦ ਪਾੰਦੇ ਨੂੰ ਕਹਿੰਦੇ ਹਨ ਕਿ ਤੁਸੀਂ ਚੱਲੋ ਅਸੀਂ ਤੁਹਾਡੇ ਹੀ ਮਗਰ ਹੀ ਆਉਣੇ ਹਾਂ ਤਾਂ ਕੋਰਾਂ ਨੂੰ ਹੁਸ਼ਿਆਚੰਦ ਕਹਿੰਦਾ ਹੈ ਕੁੜੀ ਨੂੰ ਸੱਦ ਤੇ ਉਹਨੂੰ ਨਵੇਂ ਕੱਪੜੇ ਪਾ ਛੇਤੀ ਕਰ ਨੋ ਨੈਕਸਟ ਪੇਜ ਬੇਟੀ ਪੇਜ ਨੰਬਰ 21 ਕੋਰਾ ਕੁੜੀ ਤਾਂ ਇੱਥੇ ਹੈ ਹੀ ਨਹੀਂ ਅੰਦਰੇ ਹੋਣੀ ਏ ਕੋਠੜੀ ਵੱਲ ਜਾ ਕੇ ਨਹੀਂ ਮੇਲੋ ਨਹੀਂ ਮੇਲੋ ਕੁੜੀਏ ਲੋਕ ਦੀ ਕਿਉਂ ਫਿਰਨੀ ਏ ਛੇਤੀ ਕਰ ਇਹ ਵੇਲਾ ਸ਼ਰਮੂਨ ਦਾ ਨਹੀਂ ਛੇਤੀ ਕਰ ਮੇਰੀ ਬੀਬੀ ਧੀ ਉਹ ਹੁਸ਼ਿਆਰ ਚੰਦੇ ਕਹਿੰਤੇ ਕੋਰਾ ਜਦ ਮੇਲੋ ਨੂੰ ਅੰਦਰ ਬਾਹਰ ਲਬਰੀ ਹੈ ਤਾਂ ਉਸ ਨੂੰ ਆਵਾਜ਼ਾਂ ਦਿੰਦੀ ਹੈ ਨਹੀਂ ਮੇਲੋ ਨਹੀਂ ਮੇਲੋ ਤੋ ਕਿੱਥੇ ਚਲੀ ਗਈਆਂ ਇਹ ਸਮਾਂ ਤੇਰੇ ਸ਼ਰਮੋਂ ਦਾ ਨਹੀਂ ਹੈ ਹੁਸ਼ਿਆਰ ਚੰਦ ਕੁੜੀਏ ਤੂੰ ਕਿੱਥੇ ਪਈ ਹੋਈ ਹੈ ਆਉਂਦੀ ਕਿਉਂ ਨਹੀਂ ਛੇਤੀ ਕਰ ਪੰਦਾ ਬਾਹਰੋਂ ਹੀ ਇਹ ਮਹਾਰਾਜ ਵੇਲਾ ਲੰਘਦਾ ਜਾਂਦਾ ਹੈ ਤੁਹਾਨੂੰ ਸਦਦੇ ਨੇ ਹੁਣ ਬੇਟਾ ਇੱਥੇ ਜਿਹੜਾ ਪੰਦਾ ਹੈ ਪੰਦਾ ਤੋਂ ਪਾਪ ਪੰਡਤ ਹੈ ਜੋ ਪਹਿਲਾਂ ਅਸੀਂ ਪੰਦਾ ਇੱਕ ਵਰਡ ਪੜ ਚੁੱਕੇ ਸੀ ਉਸ ਦਾ ਭਾਵ ਰਸਤਾ ਸੀ ਠੀਕ ਹੈ ਇੱਥੇ ਪੰਦਾ ਪੰਡਤ ਨੂੰ ਕਿਹਾ ਗਿਆ ਹੈ ਹੁਣ ਜਦੋਂ ਦੋਵੇਂ ਪਤੀ ਪਤਨੀ ਹੁਸ਼ਿਆਰ ਚੰਦ ਤੇ ਕੋਰਾ ਆਪਣੀ ਟੀ ਮੇਲੋ ਨੂੰ ਲੱਭਦੇ ਹਨ ਤਾਂ ਇੰਨੀ ਦੇਰ ਨੂੰ ਪੰਡਤ ਪੰਦਾ ਜਿਹੜਾ ਹੈ ਉਹਨਾਂ ਨੂੰ ਆਵਾਜ਼ਾ ਮਾਰਦਾ ਹੈ ਹੁਸ਼ਿਆਰ ਚੰਦ ਚਲੋ ਪੰਦਾ ਜੀ ਅਸੀਂ ਆਏ ਹੁਣੇ ਹੀ ਕੁੜੀ ਨੂੰ ਕੱਪੜੇ ਪਏ ਪਾਉਣੇ ਆ ਕੋਰਾ ਨੂੰ ਬੋਲਦੀ ਨਹੀਂ ਜਾਂ ਅੰਦਰ ਵੇਖ ਤੇ ਉਹਨੂੰ ਬਾਹਰ ਲਿਆ ਭਲਾ ਇਹ ਕਿਹੜਾ ਵੇਲਾ ਹੋਇਆ ਸ਼ਰਮਾਉਣ ਦਾ ਕੋਰਾ ਕੋਠੜੀ ਦੇ ਅੰਦਰ ਜਾਂਦੀ ਹੈ ਨਹੀਂ ਮੇਲੋ ਆ ਜਾ ਬਾਹਰ ਮੇਰੀ ਬੀਬੀ ਧੀ ਦਾਨੀ ਕਾਨੂੰ ਫਿਰਨੀ ਹੈ ਆ ਜਾ ਮੇਲੋ ਨਹੀਂ ਮੇਲੋ ਹੱਥ ਮਲਦੀ ਮਲਦੀ ਬਾਹਰ ਆਉਂਦੀ ਹੈ ਕੁੜੀ ਤਾਂ ਇੱਥੇ ਹੈ ਹੀ ਨਹੀਂ ਹੁਣ ਕੀ ਕਰਾਂਗੇ ਹਾਏ ਹੁਣ ਕੀ ਕਰਾਂਗੇ ਹੁਣ ਜਦੋਂ ਹੁਸ਼ਿਆਰ ਚੰਨ ਤੇ ਕੋਰਾ ਨੂੰ ਮੇਲੋ ਅੰਦਰ ਨਹੀਂ ਦਿਸਦੀ ਤਾਂ ਉਹ ਆਪਣੇ ਪਤੀ ਨੂੰ ਦੱਸਦੀ ਹੈ ਕਿ ਕੁੜੀ ਤਾਂ ਅੰਦਰ ਹੈ ਹੀ ਨਹੀਂ ਹੈ ਹੋਸ਼ਿਆ ਚੰਦ ਨਹੀਂ ਨਹੀਂ ਇੱਥੇ ਹੀ ਹੋਣੀ ਹੈ ਬਾਜ ਮਾਰ ਉਹਨੂੰ ਬਾਜ ਮਾਰ ਕੋਰਾ ਮੇਲੋ ਨਹੀਂ ਮੇਲੋ ਵੇਲੇ ਸਿਰ ਕਿੱਥੇ ਮਰ ਗਈਓ ਹੋਸ਼ਿਆ ਚੰਦ ਵੀ ਇੱਧਰ ਉੱਧਰ ਵੇਖ ਰਹਾ ਹੈ ਨਾਲੇ ਤੇ ਨਾਲੇ ਵਾਜਾ ਮਾਰਦਾ ਹੈ ਹਾਏ ਅਸੀਂ ਭੰਡੇ ਗਏ ਕੁੜੀ ਤਾਂ ਇੱਥੇ ਹੈ ਹੀ ਨਹੀਂ ਹੁਣ ਕੀ ਕਰਾਂਗੇ ਭਾਵੇਂ ਕਿਤੇ ਨੱਠ ਗਈ ਏ ਹਾਏ ਸਿਰ ਸਵਾ ਪੈ ਗਈ ਸਾਡੇ ਭੰਡੇ ਗਏ ਬੇਇੱਜ਼ਤੀ ਹੋ ਗਈ ਨੱਠ ਗਈ ਦੌੜ ਗਈ ਹੋਨ ਬੇਟਾ ਜਦੋਂ ਉਹ ਦੋਵੇਂ ਪਤੀ ਪਤਨੀ ਅੰਦਰ ਆਪਣੀ ਧੀ ਨੂੰ ਆਵਾਜ਼ਾਂ ਮਾਰਦੇ ਹਨ ਪਰ ਅੱਗੋਂ ਕੋਈ ਵੀ ਮੇਲੋ ਦੀ ਆਵਾਜ਼ ਨਹੀਂ ਆਉਂਦੀ ਤਾਂ ਉਹ ਉਸ ਨੂੰ ਨੱਸ ਗਈ ਸਮਝ ਕੇ ਬੁਰਾ ਭਲਾ ਬੋਲਦੇ ਹਨ ਤੇ ਇਹ ਕਹਿੰਦੇ ਹਨ ਕਿ ਹੁਣ ਸਾਡੀ ਸਾਰੇ ਕਿਤੇ ਬੇਇੱਜ਼ਤੀ ਹੋ ਜਾਏਗੀ ਹੁਸ਼ਿਆचंद ਮੈਂ ਤੈਨੂੰ ਆਖਿਆ ਸੀ ਪਈ ਘਰ ਛੱਡ ਕੇ ਨਾ ਜਾਈ ਹੁਣ ਰੋ ਬੈਠ ਕੇ ਜਾਣਦਿਆਂ ਨੂੰ ਹੁਸ਼ਿਆਰ ਚੰਦ ਸਾਰਾ ਕਸੂਰ ਕੋਰਾਂ ਦਾ ਕੱਢਦਾ ਆ ਉਹਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਕਿਹਾ ਸੀ ਕਿ ਘਰ ਛੱਡ ਕੇ ਨਾ ਜਾਵੇਂ ਹੁਣ ਆਪਣੇ ਜਨਮ ਦੇਣ ਵਾਲਿਆਂ ਨੂੰ ਬੈਠ ਕੇ ਰੋ ਕੋਰਾ ਨੀ ਕੁੜੀਏ ਨੀ ਕੁੜੀਏ ਹਾਏ ਲੋਕਾਂ ਵਿੱਚ ਬੜੀ ਪੰਡੀ ਹੋਊ ਸਾਡੀ ਹੁਣ ਲਾਵਾ ਤੇ ਕਿਹਨੂੰ ਬਿਠਾਵਾਂਗੇ ਹਾਏ ਮੈਂ ਮਰ ਜਾਵਾਂ ਕੀ ਕਰਾਂ ਪਾਂਦਾ ਬਾਹਰੋਂ ਏ ਮਹਾਰਾਜ ਮਹਾਰਾਜ ਮੈਂ ਤਿੰਨ ਵਾਰੀ ਆਇਆ ਹਾਂ ਤੁਸੀਂ ਆਉਂਦੇ ਕਿਉਂ ਨਹੀਂ ਸ਼ੁਭ ਲਗਨ ਦੀਆਂ ਘੜੀਆਂ ਤਾਂ ਬੀਤਦੀਆਂ ਜਾਂਦੀਆਂ ਨੇ ਦੂਜੇ ਬੰਨੇ ਦਾ ਪੁਜਾਰੀ ਨਰਾਸ਼ ਹੁੰਦਾ ਪਿਆ ਏ ਹੁਸ਼ਿਆਰ ਚੰਦ ਟੁੱਟੀ ਹੋਈ ਆਵਾਜ਼ ਵਿੱਚ ਚਲੋ ਚਲੋ ਪੰਡਾ ਜੀ ਅਸੀਂ ਆਵੇਂ ਕਰਨੇ ਆ ਕੋਰਾ ਨੂੰ ਹੁਣ ਦੱਸ ਕੀ ਕਰਨਾ ਏ ਹੁਣ ਵੇਲਾ ਕਿੱਦਾਂ ਪੂਰਨਾ ਈ ਪੁਜਾਰੀ ਪੰਡਤ ਵੇਲਾ ਵੇਲਾ ਮੀਨਸ ਸਮਾਂ ਕਿੱਦਾਂ ਪੂਰਨਾ ਈ ਕਿ ਸਮਾਂ ਕਿਵੇਂ ਲੰਘਾਉਣਾ ਏ ਕੋਰਾ ਹਾਏ ਕੁੜੀ ਨਿੱਜ ਜਾਂਦੀ ਮੈਂ ਕੀ ਦਸਾਂ ਮੈਨੂੰ ਕੁਝ ਨਹੀਂ ਔੜਦੀ ਹੁਸ਼ਿਆਰ ਚੰਦ ਛੇਤੀ ਕਰ ਲਾਵਾਂ ਵਾਲੀ ਚੁੰਨੀ ਪਾ ਲਾਜੋ ਨੂੰ ਨਹੀਂ ਤਾਂ ਰਹਿ ਨਹੀਂ ਆਉਣੀ ਬੇਟਾ ਕੋਰਾ ਤੇ ਹੁਸ਼ਿਆਰ ਚੰਦ ਮੇਲੋਂ ਨੂੰ ਲੱਭਦੇ ਹਨ ਪਰ ਮੇਲੋਂ ਉਹਨਾਂ ਨੂੰ ਨਹੀਂ ਲੱਭਦੀ ਤੇ ਇੰਨੀ ਦੇਰ ਨੂੰ ਪਾੰਦਾ ਵੀ ਉਹਨਾਂ ਨੂੰ ਤਿੰਨ ਵਾਰ ਬੁਲਾਉਣ ਲਈ ਆਉਂਦਾ ਹੈ ਕਿ ਸ਼ੁਭ ਮਹੂਰਤ ਨਿਕਲਦਾ ਜਾਂਦਾ ਹੈ ਤੇ ਦੂਸਰੇ ਬੰਨੇ ਦਾ ਪੰਡਤ ਹੈ ਉਹ ਵੀ ਨਰਾਜ਼ ਹੋ ਰਿਹਾ ਹੈ ਹੁਸ਼ਿਆਰ ਚੰਦ ਟੁੱਟੀ ਹੋਈ ਆਵਾਜ਼ ਵਿੱਚ ਕਹਿੰਦਾ ਹੈ ਕਿ ਪੰਡਤ ਜੀ ਤੁਸੀਂ ਚਲੋ ਅਸੀਂ ਹੁਣੇ ਹੀ ਆਉਣੇ ਹਾਂ ਤੇ ਆਪਣੀ ਪਤਨੀ ਕੋਰਾਂ ਨੂੰ ਕਹਿੰਦਾ ਹੈ ਕਿ ਹੁਣ ਅਸੀਂ ਸਮਾਂ ਕਿਵੇਂ ਲੰਘਾਵਾਂਗੇ ਤਾਂ ਕੋਰਾਂ ਆਪਣੀ ਤੀ ਮੇਲੋ ਨੂੰ ਬੁਰਾਪੋਲਾ ਬੋਲਦੀ ਹੈ ਕਿ ਕੁੜੀ ਨਿਜ ਜੰਮਦੀ ਕਿ ਸਾਡੇ ਘਰ ਜੇ ਕੁੜੀ ਪੈਦਾ ਹੀ ਨਾ ਹੁੰਦੀ ਹੁਣ ਮੈਨੂੰ ਕੁਝ ਵੀ ਨਹੀਂ ਔੜਦੀ ਔੜਦੀ ਮੀਨਸ ਸੁਜਦੀ ਕਿ ਮੈਨੂੰ ਹੁਣ ਇਸ ਸਮੇਂ ਕੁਝ ਵੀ ਨਹੀਂ ਸੁਜ ਰਿਹਾ ਕਿ ਮੈਂ ਕੀ ਕਰਾਂ ਹੁਸ਼ਿਆਰਚੰਦ ਆਪਣੀ ਪਤਨੀ ਕੋਰਾਂ ਨੂੰ ਕਹਿੰਦਾ ਹੈ ਛੇਤੀ ਕਰ ਲਾਵਾਂ ਵਾਲੀ ਚੁੰਨੀ ਪਾ ਲਾਜੋ ਨੂੰ ਨਹੀਂ ਤਾਂ ਰਹਿ ਨਹੀਂ ਆਉਣੀ ਹੁਣ ਹੁਸ਼ਿਆਰਚੰਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਲਾਜੋ ਜੋ ਕਿ ਮੇਲੋ ਦੀ ਛੋਟੀ ਭੈਣਾਂ 6 ਸੱਤਾਂ ਵਰਿਆਂ ਦੀ ਹੈ ਜੋ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੈ ਕਹਿੰਦਾ ਹੈ ਕਿ ਚੁੰਨੀ ਲਾਵਾਂ ਵਾਲੀ ਚੁੰਨੀ ਉਸਤੇ ਸੇਤੇ ਪਾ ਨਹੀਂ ਤਾਂ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਵੇਗਾ ਅਸੀਂ ਕੀ ਕਰਾਂਗੇ ਲੋਕਾਂ ਵਿੱਚ ਸਾਡੀ ਬਹੁਤ ਹੀ ਪੰਢੀ ਹੋਵੇਗੀ 9 ਪੇਜ ਨੰਬਰ 22 ਕੋਰਾ ਤਰਬਕ ਕੇ ਹੁਸ਼ਿਆ ਚੰਦ ਕੋਲੋਂ ਪਰੇ ਹਟ ਜਾਂਦੀ ਹੈ ਤੇ ਚੁੰਨੀ ਨੂੰ ਕੁੱਟ ਕੇ ਫੜ ਲੈਂਦੀ ਹੈ ਹਾਏ ਨਹੀਂ ਨਹੀਂ ਹਾਏ ਜ਼ੁਲਮ 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 ਅਤਿਆਚਾਰ ਜਦੋਂ ਹੁਸ਼ਿਆ ਚੰਦ ਕੋਰਾ ਨੂੰ ਕਹਿੰਦਾ ਹੈ ਕਿ ਲਾਵਾ ਵਾਲੀ ਚੁੰਨੀ ਲਾਜੋ ਦੇ ਸੇਤੇ ਪਾ ਤੇ ਉਸ ਨੂੰ ਲਾਵਾ ਤੇ ਬਿਠਾ ਦਿੰਦੇ ਹਾਂ ਤਾਂ ਕੋਰਾ ਉਸੇ ਮੇਂ ਤਰਬਕ ਜਾਂਦੀ ਹੈ ਡਰ ਜਾਂਦੀ ਹੈ ਤਾਂ ਚੁੰਨੀ ਨੂੰ ਕੁੱਟ ਕੇ ਫੜ ਲੈਂਦੀ ਹੈ ਤੇ ਕਹਿੰਦੀ ਹੈ ਨਹੀਂ ਨਹੀਂ ਇਹ ਤਾਂ ਜ਼ੁਲਮ ਹੈ ਖੁਸ਼ਿਆ ਚੰਨ ਜ਼ੁਲਮ ਦੀ ਲੱਗਦੀ ਨਾ ਹੋਵੇ ਚੁੰਨੀ ਖੋ ਕੇ ਲਾਜ ਉੱਤੇ ਪੋਂਦਾ ਹੈ ਤੇ ਉਹਨੂੰ ਗੁੱਡੀਆਂ ਨਾਲ ਖੇਡਦੀ ਨੂੰ ਚੌਕ ਕੇ ਲਾ ਜਾਂਦਾ ਹੈ ਕੋਰਾ ਪਿੱਛੇ ਪਿੱਛੇ ਕਰਲਾਂਦੀ ਤੇ ਦੋ ਹੱਥੜਾ ਮਾਰਦੀ ਹਾਏ ਵੇ ਜ਼ੁਲਮ ਹੋ ਗਿਆ ਜ਼ੁਲਮ ਹੋ ਗਿਆ ਕਰਲਾਂਦੀ ਰੋਂਦੀ ਦੋ ਹੱਥੜਾ ਮਾਰਦੀ ਦੋਵੇਂ ਹੱਥਾਂ ਨਾਲ ਪਿੱਟਦੀ ਲਾਜੋ ਪਿਓ ਦੇ ਕੁਛੋ ਉੱਤਰਨ ਲਈ ਲੱਤਾਂ ਬਾਹੀਆਂ ਮਾਰਦੀ ਹੈ ਮੇਰੀਆਂ ਗੁੱਡੀਆਂ ਹਾਏ ਮੇਰੀਆਂ ਗੁੱਡੀਆਂ ਮੈਨੂੰ ਗੁੱਡੀਆਂ ਨਾਲ ਖੇਡਣਦੇ ਉਹਨ ਬੇਟਾ ਹੁਸ਼ਿਆਰ ਚੰਦ ਵੇਲਾ ਟਪਾਉਣ ਦੇ ਲਈ ਆਪਣੀ ਭੰਡੀ ਹੋਣ ਤੋਂ ਬਚਾਉਣ ਲਈ ਆਪਣਾ ਨੱਕ ਰੱਖਣ ਦੇ ਲਈ ਕੀ ਕਰਦਾ ਹੈ ਆਪਣੀ ਛੋਟੀ ਦੀ ਲਾਜੋ ਤੇ ਲਾਵਾਂ ਵਾਲੀ ਚੁੰਨੀ ਪਾ ਕੇ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਹੋਈ ਨੂੰ ਲਾਵਾਂ ਤੇ ਬਿਠਾ ਦਿੰਦਾ ਹੈ ਪਰ ਉਸਦੀ ਮਾਂ ਇਸ ਪਿਛੋਂ ਰੋਂਦੀ ਘਰ ਲਾਉਂਦੀ ਹੈ ਦੋ ਹੱਥਾਂ ਨਾਲ ਮਾਰਦੀ ਹੈ ਦੋਵਾਂ ਹੱਥਾਂ ਨਾਲ ਪਿੱਟਦੀ ਹੈ ਪਰ ਹੁਸ਼ਿਆਰ ਚੰਦ ਉਸਦੀ ਇੱਕ ਵੀ ਨਹੀਂ ਸੁਣਦਾ ਉਹ ਕੁੜੀ ਵੀ ਆਪਣੇ ਪਿਓ ਦੀਆਂ ਕੁਛ ਨੂੰ ਉਤਰਨ ਲਈ ਲੱਤਾਂ ਬਾਹਾਂ ਮਾਰਦੀ ਹੈ ਪਰ ਸਭ ਕੁਝ ਵਿਅਰਥ ਜਾਂਦਾ ਹੈ ਇਸ ਤਰ੍ਹਾਂ ਬੇਟਾ ਮੇਲੋ ਦੇ ਘਰ ਭੱਜਣ ਨਾਲ ਉਸ ਦਾ ਵਿਆਹ ਤਾਂ ਨਹੀਂ ਹੁੰਦਾ ਉਹ ਤਾਂ ਇਸ ਵਿਆਹ ਤੋਂ ਬਚ ਜਾਂਦੀ ਹੈ ਪਰ ਉਸ ਦੀ ਛੋਟੀ ਪੈਣ ਲਾਜੋ ਬਾਲ ਵਿਆਹ ਦਾ ਸ਼ਿਕਾਰ ਹੋ ਜਾਂਦੀ ਹੈ ਸੋ ਬੇਟਾ ਇਸੀਗਾ ਇਸੀ ਇਕਾਂਗੀ ਸੁਹਾਗ ਦਾ ਪੰਨਾ ਨੰਬਰ 20 21 ਅਤੇ 22 ਦੀ ਰੀਡਿੰਗ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਆਪਣੇ ਆਪ ਰੀਡ ਕਰੋਗੇ ਤਾਂ ਜੋ ਚੰਗੀ ਚੰਗੀ ਤਰ੍ਹਾਂ ਸਮਝ ਸਕੋ Tell them goodbye.